ਜਿੱਥੇ ਇੱਕ ਪਾਸੇ ਪੰਜਾਬੀ ਇੰਡਸਟਰੀ ਦੀ ਗਾਇਕਾਵਾਂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੀਆਂ ਨੇ, ਉੱਥੇ ਹੀ ਕੁਝ ਮੂਸੇਵਾਲਾ ਦੇ ਨਾਲ ਰਹਿਣ ਵਾਲੇ ਪੰਜਾਬੀ ਗਾਇਕ ਵੀ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗੁਲਾਬ ਸਿੱਧੂ ਦੀ। ਗੁਲਾਬ ਸਿੱਧੂ, ਜਿਨ੍ਹਾਂ ਸਿੱਧੂ ਮੂਸੇਵਾਲਾ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਲਈ ਟ੍ਰਿਬਿਊਟ ਦੇ ਤੌਰ 'ਤੇ ਆਪਣੀ ਬਾਂਹ 'ਤੇ ਸਿੱਧੂ ਦਾ ਟੈਟੂ ਵੀ ਬਣਵਾਇਆ ਸੀ ਅਤੇ ਅਕਸਰ ਕਈ ਵਾਰ ਆਪਣੇ ਲਾਈਵ ਸ਼ੋਅ 'ਚ ਗੁਲਾਬ ਸਿੱਧੂ ਮੂਸੇਵਾਲਾ ਦੇ ਜਸਟਿਸ ਦੀ ਵੀ ਮੰਗ ਕਰਦੇ ਹੋਏ ਦਿਖਾਈ ਦਿੰਦੇ ਨੇ। ਹਾਲ ਹੀ 'ਚ ਉਹਨਾਂ ਆਪਣੇ ਸੋਸ਼ਲ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਹ ਮੂਸੇਵਾਲਾ ਦੇ ਗਾਣੇ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ। ਆਖਿਰ ਕੀ ਹੈ ਉਹ ਵੀਡੀਓ, ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾ ਦਿੰਦੇ ਹਾਂ। ਪੋਸਟ ਕਰਨ ਦੇ ਨਾਲ ਗੁਲਾਬ ਸਿੱਧੂ ਲਿਖਦੇ ਨੇ ਕਿ ਜ਼ਰੂਰੀ ਬੇਨਤੀ, ਤੁਹਾਨੂੰ ਸਭ ਨੂੰ, ਮਿਊਜ਼ਿਕ ਇੰਡਸਟਰੀ ਵਾਲਿਆਂ ਨੂੰ ਵੀ ਬੇਨਤੀ ਕਿ ਸਾਰੇ ਸਾਥ ਦਿਓ ਜੀ, ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ। ਪੰਜਾਬੀ ਇੰਡਸਟਰੀ ਦੀ ਹਰ ਵੱਡੀ ਅਪਡੇਟ ਲਈ ਜੁੜੇ ਰਹੋ ਫਿਲਮੀ ਜੰਕਸ਼ਨ ਦੇ ਨਾਲ।